ਦੋ ਮੈਂ ਦੋ ਦੋੜੇ ਸੁਣਾਉਂਗਾ। ਕਾਫੀਆ ਦਾ ਖਿਆਲ ਰੱਖਣਾ ਵੀ ਹਜ਼ੂਰ ਇੱਕ ਲਫ਼ਜ਼ ਹੈ ਘੋੜਾ, ਇੱਕ ਗੁਬਾਰਾ ਹੈ। ਅੱਗੇ ਤਾਂ ਨਿਕਲਦੀ ਵੀ ਮੂੰਹ ਚੋਂ, ਲੇਕਿਨ ਲਿਖਿਆ ਗਿਆ ਕੀ ਕਰਸਾਂ, ਘੋੜਾ ਸੀ ਗੇ ਗਾ ਫੇਕੀ ਪਾਦੀ ਗੇ ਘੋੜਾ ਤੇ ਗੁਬਾਰਾ ਸੀ ਗੈਨ ਨਾਲ ਲਿਖ ਲਈ ਸਨ, ਉਹਦੇ ਗੇ ਗੋੜਾ ਇੱਧਰ ਗੈਨ ਇਵੇਂ ਨਾ। ਸੌਤ ਯਾਨੀ ਆਵਾਜ਼ ਸਾਡੀ ਇੱਕ ਹੈ, ਘੋੜਾ ਔਰ ਗੁਬਾਰਾ ਆਵਾਜ਼ ਇੱਕ ਹੈ, ਆਵਾਜ਼ ਨੂੰ ਸੌਤ ਆਖਦੇ। ਸੌਤੀ ਕਾਫੀ ਹੈ ਵੀ ਘੋੜਾ ਤੇ ਮਤਲਬ ਗੇ ਤੇ ਗੈਨ ਦਾ ਫਰਕ ਹੈ ਇਵੇਂ ਨਾ। ਇਹ ਮੈਂ ਵੰਡ ਕੱਢੀ ਹੈ ਦੋ ਸ਼ੇਰ, ਅੱਲਾ ਕਰੇ ਮੈਨੂੰ ਯਾਦ ਆ ਜਾ। ਮੈਂ ਇੱਕ ਗੇ ਗੈਨ ਦਾ ਤੇ ਗੇ ਦਾ, ਠੀਕ ਹੋ ਗਿਆ, ਮੈਂ ਦੋੜੇ ਦੋਵੇਂ ਸੁਣਾ। ਹਾਸੇ ਮੁਖਲਿਸ ਲਹੂ ਪਿਆ ਬਾਲਿਆ ਏ ਸੰਗਤਾਂ ਦੇ ਫੈਜ਼ ਚਰਾਗ ਵਿੱਚ, ਹਾਸੇ ਮੁਖਲਿਸ ਲਹੂ ਪਿਆ ਬਾਲਿਆ ਏ ਸੰਗਤਾਂ ਦੇ ਫੈਜ਼ ਚਰਾਗ ਵਿੱਚ, ਤਾਂ ਵੀ ਬਖਤ ਬਹਾਰਾਂ ਵੇਖਣ ਰਹੇ ਸਜਣਾਉ ਦੇ ਉਜੜੇ ਬਾਗ ਵਿੱਚ। ਬਦਜ਼ਨੀਆਂ ਇੰਜ ਦੀਆਂ ਹਾਇਲ ਰਹੀਆਂ ਚੱਦਰ ਸਾਹਿਬ, ਬਦਜ਼ਨੀਆਂ ਇੰਜ ਦੀਆਂ ਹਾਇਲ ਰਹੀਆਂ ਸਾਡੇ ਜਜ਼ਬਿਆਂ ਦੇ ਅਬਲਾਗ ਵਿੱਚ, ਔਰ ਸਾਡੇ ਚੰਨ ਵਿੱਚ ਦਾਗ ਡੁੱਡੇਂਦਾ ਵਰਤਿਆ ਹੈ, ਸਾਨੂੰ ਚੰਨ ਦਿਸਦਾ ਜਿੰਦੇ ਦਾਗ ਵਿੱਚ, ਸਾਡੇ ਚੰਨ ਵਿੱਚ ਦਾਗ ਡੁੱਡੇਂਦਾ ਵਰਤਿਆ ਹੈ, ਸਾਨੂੰ ਚੰਨ ਦਿਸਦਾ ਜਿੰਦੇ ਦਾਗ ਵਿੱਚ, ਤੇ ਕਿਵੇਂ ਦੱਸੀਏ ਕਿੰਜ ਲਤੜੀਂਦੇ ਨੇ ਜਜ਼ਬੇ ਉਹਦੀ ਬੇਤਕਿਆਈ ਦੀ ਲਾਗ ਵਿੱਚ, ਕਿਵੇਂ ਦੱਸੀਏ ਕਿੰਜ ਲਤੜੀਂਦੇ ਨੇ ਜਜ਼ਬੇ ਉਹਦੀ ਬੇਤਕਿਆਈ ਦੀ ਲਾਗ ਵਿੱਚ, ਬੱਠੀ ਵਾਂਗੂ ਬਲਦਾ ਰਾਂਦਾ ਏ ਮੇਰਾ ਤਨ ਮਨ ਪੋਤੇ ਮਾਗ ਵਿੱਚ। ਔਰ ਲਿੰਕ ਲਾਈਨ ਵੇਖਣੀ ਏ, ਏਦਾਂ ਫਨ ਮੌਜੂਦ ਆ ਬਦਲਣ ਦਾ, ਦੋ ਮਿਸਰੇ ਬੜੇ ਚੱਸਦੇ ਨੇ, ਏਦਾਂ ਫਨ ਮੌਜੂਦ ਆ ਬਦਲਣ ਦਾ, ਸ਼ੋਰਾਜ ਰਾਤ ਨੂੰ ਲਿੰਕ ਦਿੰਦਾ ਪਿਆ, ਏਦਾਂ ਫਨ ਮੌਜੂਦ ਆ ਬਦਲਣ ਦਾ, ਉਹ ਫੈਜ਼ ਖਿਡਾਰੀ ਗਾਹ ਵਿੱਚ ਅਸਾਂ ਦਰਦੀ ਸਮਝ ਕੇ ਦੁੱਖ ਦੱਸਿਆ ਉਸ ਗੱਲ ਗੱਪ ਛੋੜੀ ਝਾਹ ਵਿੱਚ। ਮੈਂ ਆਪ ਦੀ ਹਾਜ਼ਰੀ ਪੂਰੀ ਕੀਤੀ ਜੇ ਗੋਦੜਾ ਉਹਨੂੰ ਸੁਣਨਾ ਨਹੀਂ। ਹਾਂ ਗਜ਼ਲ ਦੇ ਤਿੰਨ ਸ਼ੇਰ, ਮੈਂ ਤਿੰਨ ਸ਼ੇਰ ਗਜ਼ਲ ਦੇ। ਬਾਬਾ ਹੁਣ ਮੈਂ ਬਾਬਾ ਨੇ ਕੀਤਾ ਗਜ਼ਲ ਦੇ ਤਿੰਨ ਸ਼ੇਰ ਜੀ ਮੁਰਸ਼ਦ, ਮੇਰੀ ਗੱਲ ਦਾ ਸਾੜ ਨਾ ਸਮਝੀ, ਮੇਰੀ ਗੱਲ ਦਾ ਸਾੜ ਨਾ ਸਮਝੀ, ਬਖਤ ਨੂੰ ਆਪਣੀ ਧਾੜ ਨਾ ਸਮਝੀ, ਮੇਰੀ ਗੱਲ ਦਾ ਸਾੜ ਨਾ ਸਮਝੀ, ਬਖਤ ਨੂੰ ਆਪਣੀ ਧਾੜ ਨਾ ਸਮਝੀ। ਸੱਜਣ ਸਿਰਫ ਹਯਾ ਤੋਂ ਝੁਕਦੇ ਨੇ, ਸੱਜਣ ਕਦੀ ਲਤਾੜ ਨਾ ਸਮਝੀ, ਸੱਜਣ ਸਿਰਫ ਹਯਾ ਤੋਂ ਝੁਕਦੇ ਨੇ, ਸੱਜਣ ਕਦੀ ਲਤਾੜ ਨਾ ਸਮਝੀ। ਆਖਰੀ ਸ਼ੇਰ ਤੇ ਦੱਸਦਾ, ਪੱਥਰ ਆਵਣ ਲੱਗ ਪਾਉਂਦੇ ਨੇ, ਪੱਥਰ ਆਵਣ ਲੱਗ ਪਾਉਂਦੇ ਨੇ, ਬੇਰ ਨੂੰ ਘਰ ਦੀ ਵਾੜ ਨਾ ਸਮਝੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।